ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੈਨਲ ਨਿਊਜ਼ ਟਾਈਮ ਪੰਜਾਬ ਦੇ ਸਾਡਾ ਖਾਸ ਪ੍ਰੋਗਰਾਮ ਇੱਕ ਮੁਲਾਕਾਤ, ਗੱਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ। ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਉੱਭਰਦੇ ਕਲਾਕਾਰ ਆਰ ਐਫ ਬਾਜਵਾ ਨਾਲ, ਜੋ ਕਿ ਜਲੰਧਰ ਤੋਂ ਬਿਲੋਂਗ ਕਰਦੇ ਨੇ, ਜੋ ਕਿ ਗਾਇਕੀ ਦੇ ਖੇਤਰ ਵਿੱਚ ਆਪਣਾ ਇੱਕ ਮੁਕਾਮ ਹਾਸਲ ਕਰਨਾ ਚਾਹੁੰਦੇ ਨੇ। ਅਤੇ ਸ਼ੁਰੂ ਕਰਦੇ ਹਾਂ ਉਹਨਾਂ ਗੱਲਾਂ ਦਾ ਸਿਲਸਿਲਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਆਰ ਐਫ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਪਰਿਵਾਰਿਕ ਪਿਛੋਕੜ ਬਾਰੇ ਦੱਸੋ, ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ? ਅਸੀਂ ਪਿਛੋਕੜ ਸਾਡਾ ਹੈਗਾ ਜੀ ਸ਼ਾਹਕੋਟ ਜੀ, ਸ਼ਾਹਕੋਟ ਦੇ ਨਜ਼ਦੀਕ ਇੱਕ ਹੈਗਾ ਪਿੰਡ ਬਾਜਵਾ ਜੀ, ਜੋ ਕਿ ਮੋਗਾ ਰੋਡ 'ਤੇ ਜੀ, ਅਤੇ ਉੱਥੋਂ ਦੇ ਅਸੀਂ ਰਹਿਣ ਵਾਲੇ, ਉੱਥੋਂ ਦਾ ਮੇਰਾ ਜਨਮ ਉੱਥੇ ਜੰਮੇ ਪਲੇ ਹਾਂ ਜੀ। ਪਰਿਵਾਰ 'ਚ ਕੌਣ ਕੌਣ? ਪਰਿਵਾਰ ਦੇ ਵਿੱਚ ਮੇਰੇ ਮੰਮੀ ਪਾਪਾ ਜੀ, ਔਰ ਤਿੰਨ ਬ੍ਰਦਰ ਆ ਜੀ, ਅਤੇ ਬਾਕੀ ਸਾਰੇ ਫੈਮਿਲੀ ਹੈਗੀ ਉੱਥੇ ਜੀ। ਤੁਹਾਡੇ ਕੋਈ ਪੁਲਿਸ ਮਹਿਕਮੇ ਨਹੀਂ? ਤੁਹਾਡੇ ਕੋਈ ਨਹੀਂ ਫੈਮਿਲੀ? ਪੁਲਿਸ ਮਹਿਕਮੇ ਦੇ ਵਿੱਚ ਮੇਰਾ ਹੈਗਾ ਬ੍ਰਦਰ, ਮੇਰੇ ਪਿੱਤੂ ਬ੍ਰਦਰ ਜਿਹੜੇ ਵੱਡਾ ਭਾਈ ਆ ਜੀ, ਉਹ ਉੱਥੇ ਜਲੰਧਰ ਹੀ ਜੋਬ ਕਰਦੇ ਆ, ਅਤੇ ਮੇਰੇ ਭਾਬੀ ਜੀ ਉਹਨਾਂ ਦੇ ਜਿਹੜੇ ਵਾਈਫ ਆ ਉਹ ਵੀ ਜਲੰਧਰ ਹੀ ਜੋਬ ਕਰਦੇ। ਗਾਇਕੀ ਦੇ ਖੇਤਰ ਵਿੱਚ ਕੋਈ ਪਰਿਵਾਰਿਕ ਮੈਂਬਰ? ਮੇਰੇ ਚਾਚਾ ਜੀ ਸੀ, ਨਾਂ ਲਖਵੀਰ ਸਿੰਘ ਸੀ ਉਹਨਾਂ ਦਾ ਨਾਮ ਜੀ, ਅਤੇ ਉਹ ਮੇਰੇ ਡੈਡੀ ਉਹਨਾਂ ਤੋਂ ਸਭ ਤੋਂ ਛੋਟੇ ਸੀ ਜਾਣ ਕੇ ਜੀ, ਉਹ ਗਾਉਂਦੇ ਹੁੰਦੇ ਸੀ, ਉਹ ਉਸਤਾਦ ਨੁਸਰਤ ਫਤਿਹ ਅਲੀ ਖਾਨ ਜੀ ਨੂੰ ਜ਼ਿਆਦਾ ਜਾਣੀ ਕਿ ਪਸੰਦ ਕਰਦੇ ਸੀ, ਅਤੇ ਉਹਨਾਂ ਤੋਂ ਹੀ ਮੈਂ ਬਚਪਨ ਤੋਂ ਹੀ, ਮੈਨੂੰ ਵੀ ਉਹਨਾਂ ਤੋਂ ਜਾਣੀ ਕਿ ਸ਼ੌਂਕ ਪਿਆ ਜੀ। ਹੌਲੀ ਹੌਲੀ ਮੈਂ ਉਹ ਗਾਉਂਦੇ ਹੁੰਦੇ ਸੀ, ਅਤੇ ਮੈਂ ਨਾਲ ਬੈਠ ਕੇ ਉਹਨਾਂ ਦੇ ਨਾਲ ਢੋਲ ਵੀ ਜਾਂ ਤਬਲਾ ਪਲੇ ਕਰਦਾ ਹੁੰਦਾ ਛੋਟਾ ਹੁੰਦਾ, ਅਤੇ ਹੌਲੀ ਹੌਲੀ ਆਦਤ ਮੈਨੂੰ ਜਾਣੀ ਕਿ ਇਹ ਸ਼ੌਂਕ ਮੈਨੂੰ ਜ਼ਿਆਦਾ ਪੈ ਗਿਆ। ਕੋਈ ਉਹਨਾਂ ਦਾ ਗੀਤ ਵਗੈਰਾ ਤੁਹਾਨੂੰ ਯਾਦ ਆ? ਉਹ ਨੁਸਰਤ ਫਤਿਹ ਅਲੀ ਖਾਨ ਉਸਤਾਦ ਜੀ ਨੂੰ ਜ਼ਿਆਦਾ ਗਾਉਂਦੇ ਹੁੰਦੇ ਸੀ ਜੀ, ਅਤੇ ਆਪਣੇ ਤੋਂ ਉਹ ਗਾਣੇ ਨਹੀਂ ਸੀ ਗਾਉਂਦੇ। ਤੁਹਾਨੂੰ ਦਾ ਕੋਈ ਗਾਣਾ ਨੁਸਰਤ ਖਾਨ ਦੇ ਕੋਈ ਗਾਣਾ ਤੁਹਾਨੂੰ ਯਾਦ ਆ? ਹਾਂਜੀ ਹਾਂਜੀ ਯਾਰ, ਸੁਣਾ ਸਕਦੇ ਹੋ? ਹਾਂਜੀ ਜ਼ਰੂਰ ਜੀ। ਸੁਣ ਚਰਖੇ ਦੀ ਮਿੱਠੀ ਮਿੱਠੀ ਖੂਕ ਮਾਇਆ ਮੈਨੂੰ ਯਾਦ ਆਉਂਦਾ, ਸੁਣ ਚਰਖੇ ਦੀ ਮਿੱਠੀ ਮਿੱਠੀ ਖੂਕ ਮਾਇਆ ਮੈਨੂੰ ਯਾਦ ਆਉਂਦਾ, ਮੇਰੇ ਦਿਲ ਵਿੱਚੋਂ ਉੱਠਦੀ ਏ ਹੂਕ ਮਾਇਆ ਮੈਨੂੰ ਯਾਦ ਆਉਂਦਾ, ਸੁਣ ਚਰਖੇ ਦੀ ਮਿੱਠੀ ਮਿੱਠੀ ਖੂਕ ਮਾਇਆ ਮੈਨੂੰ ਯਾਦ ਆਉਂਦਾ, ਚਰਖੇ ਦੀ ਮਿੱਠੀ ਮਿੱਠੀ ਖੂਕ। ਬਹੁਤ ਵਧੀਆ, ਬਹੁਤ ਵਧੀਆ। ਗਾਇਕੀ ਦਾ ਸ਼ੌਂਕ ਤੁਹਾਨੂੰ ਬਚਪਨ ਤੋਂ ਹੀ ਹੈ? ਹਾਂਜੀ, ਬਚਪਨ ਤੋਂ। ਅਤੇ ਉਸ ਤੋਂ ਬਾਅਦ ਫਿਰ ਜਿਹੜੀ ਸੰਗੀਤ ਵਿੱਦਿਆ ਲਈ, ਉਹ ਕਿਤੋਂ ਲਈ? ਉਹ ਆਪਣੇ ਉਸਤਾਦ ਜੀ ਬਰਕਤ ਸਿੱਧੂ ਜੀ ਜੀ, ਉਹਨਾਂ ਦੇ ਬਹੁਤ ਨਜ਼ਦੀਕੀ, ਜਾਣੀ ਕਿ ਉਹਨਾਂ ਸ਼ਾਗਿਰਦ ਆ ਮਕਬੂਲ ਮਾਈਕਲ ਜੀ ਜੀ, ਜੋ ਕਿ ਮਹਿਤਪੁਰ ਨਕੋਦਰ ਮਹਿਤਪੁਰ ਲਾਗੇ ਮੈਸਮਪੁਰ ਦੇ ਰਹਿਣ ਵਾਲੇ ਆ ਜੀ, ਉਹਨਾਂ ਤੋਂ ਮੈਂ ਬਚਪਨ ਤੋਂ ਜਾਣੀ ਕਿ ਸਿੱਖਦਾ ਰਿਹਾ। ਕਿੰਨੇ ਸਾਲ ਤੁਸੀਂ ਨਾਲ ਰਹੇ ਹੁੰਦੇ? ਉਹਨਾਂ ਦੇ ਨਾਲ ਤਕਰੀਬਨ ਮੈਂ ਤਕਰੀਬਨ 9-10 ਸਾਲ, ਜਾਣੀ ਕਿ ਬਚਪਨ ਤੋਂ, ਜਾਣੀ ਕਿ ਉਦੋਂ ਬਚਪਨ ਹੀ ਹੁੰਦਾ ਜੀ, 10 ਸਾਲ ਜਾਣੀ ਕਿ ਉਹਨਾਂ ਦੇ ਨਾਲ ਮੈਂ ਅਟੈਚ ਰਿਹਾ, ਅਤੇ ਉਹਨਾਂ ਤੋਂ ਸੰਗੀਤ ਸਿੱਖਦਾ ਰਿਹਾ। ਅਤੇ ਬਰਕਤ ਸਿੱਧੂ ਜੀ ਨਾਲ ਵੀ ਗਾਉਂਦਾ ਜਾਂ ਨਾਲ? ਉਹਨਾਂ ਨਾਲ ਕਦੀ ਮੌਕਾ ਨਹੀਂ ਮਿਲਿਆ, ਮੈਂ ਜ਼ਰੂਰ ਮਿਲਿਆ ਹੈਗਾ ਉਹਨਾਂ ਨੂੰ, ਘਰ ਵਿੱਚ ਬੈਠ ਕੇ ਜ਼ਰੂਰ ਬੈਠੇ ਹਾਂ, ਕਦੀ ਗਾਉਣ ਦਾ ਨਹੀਂ ਮੌਕਾ ਮਿਲਿਆ। ਹਲੋ ਜੀ, ਪੰਜਾਬੀ ਗਾਇਕੀ 'ਚ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਰੋਜ਼ ਨਵੇਂ ਨਵੇਂ ਸਿੰਗਰ ਆ ਰਹੇ ਆ, ਤੁਸੀਂ ਕੀ ਸੋਚ ਕੇ ਇਸ ਲਾਈਨ ਵਿੱਚ ਆਏ? ਮੈਂ ਬਚਪਨ ਤੋਂ ਜਾਣੀ ਕਿ ਸ਼ੌਂਕ ਸੀ ਜੀ, ਥੋੜ੍ਹਾ ਜਾਣੀ ਕਿ ਗਾਉਂਦੇ ਰਹਿਣ, ਹੁਣ ਇੰਨਾ ਟਾਈਮ ਹੋ ਗਿਆ ਸਿੱਖਦਿਆਂ ਨੂੰ ਜੀ, ਅਤੇ ਹਰ ਇੱਕ ਇਨਸਾਨ ਨੂੰ ਜਿਹਨੇ ਮਿਹਨਤ ਕੀਤੀ ਹੋਵੇ ਉਹਨੂੰ ਅੱਗੇ ਵਧਣ ਦੇ ਉਹਨੂੰ ਆਪਣਾ ਅਹਿਮ ਤਾਂ ਦੇਖਣਾ ਹੀ ਪੈਂਦਾ ਜੀ, ਅਤੇ ਬਾਕੀ ਜੋ ਅੱਜ ਕੱਲ੍ਹ ਕਈ ਸਿੰਗਰਸ ਹੈਗੇ ਆ ਜੋ ਆਪਣੇ ਪੈਸੇ ਦੇ ਬਲ ਬੁੱਤੇ 'ਤੇ ਜਾਣੀ ਕਿ ਅੱਗੇ ਆਈ ਜਾਂਦੇ ਆ, ਕਿਉਂਕਿ ਅਸੀਂ ਇੰਨੀ ਮਿਹਨਤ ਕੀਤੀ ਹੈ ਜੀ, ਮਿਹਨਤ ਦੇ ਆਪਣੇ ਆਵਾਜ਼ ਦੇ ਦਮ 'ਤੇ ਅਤੇ ਆਪਣੇ ਉਸਤਾਦਾਂ ਦੀ ਕਿਰਪਾ ਦੇ ਬਲਬੂਤੇ 'ਤੇ ਅਸੀਂ ਅੱਗੇ ਪਹੁੰਚਣਾ ਚਾਹੁੰਦੇ ਹਾਂ ਜੀ, ਅਤੇ ਜਲਦੀ ਹੀ ਪਹੁੰਚਾਂਗੇ ਜੀ। ਹਾਂ ਜੀ, ਬਾਕੀ ਤੁਸੀਂ ਅੱਜ ਕੱਲ੍ਹ ਸਟੇਜ ਸ਼ੋਅ ਜਾਂ ਮੀਡੀਆ ਵਗੈਰਾ ਜਾਂਦੇ ਹੋ? ਹਾਂਜੀ, ਸਟੇਜ ਮੈਂ ਕਰਦਾ ਜੀ ਜੀ। ਕਿੰਨੇ ਸਟੇਜ ਹੁਕਮ ਤੱਕ ਕਰ ਚੁੱਕੇ ਹੋ? ਹੁਣ ਤੱਕ ਮੈਂ ਤਕਰੀਬਨ ਕਾਫੀ, ਹੁਣ ਗਿਣਤੀ ਤਾਂ ਇੱਦਾਂ ਮੇਰੇ ਦਿਮਾਗ ਦੇ ਵਿੱਚ ਹੈ ਨਹੀਂ ਜੀ, ਕਾਫੀ ਜਾਣੀ ਕਿ ਵੱਡੀਆਂ ਵੱਡੀਆਂ ਸਟੇਜਾਂ 'ਤੇ ਵੀ ਗਾਇਆ, ਸੂਫੀ ਔਰ ਮਹਿਫਲਾਂ 'ਤੇ ਔਰ ਵੱਡੀਆਂ ਵੱਡੀਆਂ ਮੇਲਿਆਂ 'ਤੇ ਵੀ ਗਾਇਆ ਜੀ। ਹਾਂਜੀ, ਦਰਗਾਹਾਂ 'ਤੇ ਵੀ ਗਾਇਆ। ਇਹੋ ਜਿਹਾ ਗਾਣਾ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ? ਦਿਲ ਦੇ ਕਰੀਬ ਗਾਣੇ ਤਾਂ ਕਾਫੀ ਹੈ ਜੀ, ਜਿਹੜਾ ਬਹੁਤ ਵਧੀਆ ਲੱਗਦਾ ਉਹ ਸੁਣਾ ਦਿਓ।
ਇੱਕ ਗਾਣਾ ਵਾ ਹੰਸਰਾਜ ਜੀ ਦਾ ਯਾਦਾਂ ਤੇਰੀਆਂ ਦੇ ਫੁੱਲ ਭਰਦੇ ਸੀ, ਉਹ ਜ਼ਰੂਰ ਤੁਹਾਨੂੰ ਸੁਣਾਵਾਂਗਾ। ਯਾਦਾਂ ਤੇਰੀਆਂ ਦੇ ਫੁੱਲ ਭਰਦੇ ਸੀ ਯਾਦਾਂ ਤੇਰੀਆਂ ਦੇ ਫੁੱਲ ਭਰਦੇ ਸੀ, ਮੈਂ ਸਾਹਾਂ 'ਚ ਭਰੋਣ ਲੱਗ ਪਈ ਤੇਰੇ ਪੜ੍ਹ ਕੇ ਪੁਰਾਣੇ ਖੱਤ ਡੋਲਣਾ, ਮੈਂ ਕੱਲੀ ਬਹਿ ਕੇ ਰੋਣ ਲੱਗ ਪਈ, ਮੈਂ ਕੱਲੀ ਬਹਿ ਕੇ ਰੋਣ ਲੱਗ ਪਈ। ਯਾਦਾਂ ਤੇਰੀਆਂ, ਯਾਦਾਂ ਤੇਰੀਆਂ। ਬਹੁਤ ਵਧੀਆ, ਬਹੁਤ ਵਧੀਆ। ਗੁਰਦਾਸ ਮਾਨ ਜੀ, ਲਖਵਿੰਦਰ ਬਡਾਲੀ ਜੀ, ਹੰਸਰਾਜ ਜੀ, ਇਹਨਾਂ ਤੋਂ ਕਿਹੜਾ ਸਿੰਗਰ ਤੁਹਾਨੂੰ ਵਧੀਆ ਲੱਗਦਾ? ਮੈਂ ਤਿੰਨਾਂ 'ਚੋਂ ਜਿਹੜੇ ਕਿ ਉਸਤਾਦ ਲੋਕ ਹੈ ਜੀ, ਉਹਨਾਂ ਨੂੰ ਮੈਂ ਤਿੰਨਾਂ ਤੋਂ ਕੋਈ ਕਹਿ ਤਾਂ ਨਹੀਂ ਸਕਦਾ ਇੱਦਾਂ। ਜ਼ਿਆਦਾਤਰ ਮੈਨੂੰ ਗੁਰਦਾਸ ਮਾਨ ਜੀ ਦੇ ਜ਼ਿਆਦਾ ਗਾਣੇ ਪਸੰਦ ਆ, ਕਿਉਂਕਿ ਉਹਨਾਂ ਦੀ ਗਾਇਕੀ ਹਮੇਸ਼ਾ ਤੋਂ ਹੀ ਸ਼ੁਰੂ ਤੋਂ ਹੀ ਜਾਣੀ ਕਿ ਸਾਫ਼ ਸੁਥਰੀ ਗਾਇਕੀ ਆ, ਜੋ ਕਿ ਸਾਰੇ ਆਪਾਂ ਪਰਿਵਾਰਾਂ ਦੇ ਵਿੱਚ ਬੈਠ ਕੇ ਵੀ ਸੁਣ ਸਕਦੇ ਹਾਂ ਜੀ। ਹਾਂਜੀ, ਉਹਨਾਂ ਦੀ ਗਾਇਕੀ ਬਹੁਤ ਵਧੀਆ। ਅੱਜ ਛੋਟੇ ਹੁੰਦੇ ਤੋਂ ਤੁਸੀਂ ਸ਼ਾਇਦ ਗਾਣਾ ਸ਼ੁਰੂ ਕਰਤਾ ਸੀ ਜੀ, ਅਤੇ ਜਿਹੜੀ ਪੰਜਾਬੀ ਵਾਸਤੇ ਤੁਸੀਂ ਗਾਉਂਦੇ ਰਹੇ ਹੋ? ਹਾਂਜੀ, ਜਿਹੜੀ ਪੰਜਾਬੀ ਦੇ, ਮੈਂ ਬਚਪਨ ਦੇ ਵਿੱਚ ਇੱਕ ਚੱਲਦਾ ਹੁੰਦਾ ਸੀ ਸ਼ੋਅ ਚਿਲਮਿਲ ਤਾਰੇ ਜੀ। ਹਾਂਜੀ, ਉਹਦੇ ਵਿੱਚ ਮੈਂ ਬੱਚਿਆਂ ਦਾ ਸੀ, ਉਦੋਂ ਮੇਰੀ ਵੀ ਉਮਰ ਘੱਟ ਸੀ, ਅਤੇ ਉਦੋਂ ਮੈਂ ਗਾਇਆ ਇੱਕ ਵਾਰੀ, ਮੈਂ ਲਿਸ਼ਕਾਰੇ 'ਚ ਗਾਇਆ, ਮਿੰਨੀ ਲਿਸ਼ਕਾਰਾ ਚੱਲਦਾ ਹੁੰਦਾ ਸੀ, ਉਹਦੇ ਵਿੱਚ ਵੀ ਇੱਕ ਵਾਰੀ ਮੈਂ ਗਾਇਆ। ਅੱਜ ਕੱਲ੍ਹ ਜੇ ਦੇਖੀਏ ਜਿਹੜੇ ਗਾਣੇ ਆ, ਬੜਾ ਨੰਗੇਜਪਨ ਆ ਰਿਹਾ, ਅਤੇ ਉਹ ਸੱਭਿਆਚਾਰ ਗਾਣੇ ਨੇਗੇ, ਉਹਦੇ ਪਿੱਛੇ ਕੀ ਕਾਰਨ ਸਮਝਦੇ ਹੋ? ਉਹਦੇ ਪਿੱਛੇ ਕਾਰਨ ਇਹ ਹੈ ਜੀ, ਜੋ ਅੱਜ ਕੱਲ੍ਹ ਜੋ ਚੱਲ ਰਿਹਾ ਵਾ, ਜੋ ਚੱਲ ਰਿਹਾ, ਫਿਰ ਜੇ ਜਿੱਦਾਂ ਅਸੀਂ ਦੂਸਰੇ ਗਾਣੇ ਗਾਉਂਦੇ ਹਾਂ ਤਾਂ ਫਿਰ ਉਹ ਲੋਕ ਸੁਣਦੇ ਨੇ, ਜੋ ਚੱਲ ਰਿਹਾ ਉਹ ਗਾਉਣਾ ਪੈਂਦਾ ਜੀ। ਜੇ ਉਸ ਲੋਕਾਂ ਦੀ ਡਿਮਾਂਡ ਬਣ ਗਈ, ਡਿਮਾਂਡ ਜਾਣੀ ਕਿ ਬਣ ਗਈ ਜੀ ਲੋਕਾਂ ਨੇ, ਜੋ ਲੋਕ ਸੁਣਦੇ ਆ ਉਹੀ ਸਾਨੂੰ ਗਾਉਣਾ ਪੈਂਦਾ। ਅਤੇ ਇਸ ਪਿੱਛੇ ਰਿਆਜ਼ ਵਗੈਰਾ ਵੀ ਕਰਦੇ ਹੋ? ਹਾਂਜੀ, ਰਿਆਜ਼ ਮੈਂ ਜੀ, ਰਿਆਜ਼ 'ਤੇ ਮੈਂ ਤਕਰੀਬਨ ਰੋਜ਼ 1-1.5 ਘੰਟਾ ਰਿਆਜ਼ ਹਾਂ ਜੀ ਕਰਦਾ ਮੈਂ। ਅਤੇ ਅੱਜ ਕੱਲ੍ਹ ਕਿਹੜਾ ਪ੍ਰੋਜੈਕਟ ਰੋਜ਼ ਚੱਲ ਰਿਹਾ? ਪ੍ਰੋਜੈਕਟ ਮੇਰਾ ਫਸਟ ਹੀ ਟਰੈਕ ਹੈ ਜੀ ਹਾਲੇ, ਦੁਆਵਾਂ ਸੌਂਗ ਆ, ਅਤੇ ਉਹ ਬਹੁਤ ਜਲਦ ਮਾਰਕੀਟ ਦੇ ਵਿੱਚ ਆਊਗਾ ਜੀ। ਉਹਦੇ 'ਤੇ ਬਹੁਤ ਮਿਹਨਤ ਕੀਤੀ ਆ, ਮੈਨੂੰ ਉਮੀਦ ਆ ਕਿ ਕਾਫ਼ੀ ਜਾਣੀ ਕਿ ਉਹਨੂੰ ਰਿਸਪੋਂਸ ਮਿਲੂਗਾ। ਦੋ ਬੋਲ ਤਾਂ ਸੁਣਾ। ਤੂੰ ਦੁੱਖ ਜੋ ਮੈਨੂੰ ਦੇ ਗਿਓ, ਮੈਂ ਕਿੱਕ ਕਰਕੇ ਜਰ ਲੈਣੇ, ਤੂੰ ਚਾਹੁੰਦਾ ਸੀ ਮੈਂ ਰੋਵਾਂ ਵੇ, ਲੈ ਥਰੂ ਵੀ ਹੁਣ ਭਰ ਲੈਣੇ, ਹੁਣ ਹੋਰ ਕੀ ਚਾਹੁੰਦਾ ਸਜਣਾ ਵੇ, ਮੈਨੂੰ ਅਜਮਾ ਲਈ ਤੂੰ ਦੁਆਵਾਂ ਮੰਗਦਾ, ਮੈਥੋਂ ਦੂਰ ਹੋਣ ਲਈ ਮੈਂ ਸੁੱਖਾਂ ਸੁੱਖ ਦੀ ਰਹਿੰਦੀ ਆ ਵੇ, ਤੈਨੂੰ ਪਾਉਣ ਲਈ ਤੂੰ ਦੁਆਵਾਂ ਮੰਗਦਾ, ਮੈਥੋਂ ਦੂਰ ਹੋਣ ਲਈ ਮੈਂ ਸੁੱਖਾਂ ਸੁੱਖ ਦੀ ਰਹਿੰਦੀ ਆ ਵੇ, ਤੈਨੂੰ ਪਾਉਣ ਲਈ। ਬਹੁਤ ਵਧੀਆ, ਬਹੁਤ ਵਧੀਆ। ਅਰੋ ਜੀ, ਅੱਜ ਕੱਲ੍ਹ ਦੇਖਦੇ ਹਾਂ ਕਿ ਜਿਹੜੇ ਮਾਂ ਪਿਓ ਹੋਏ ਆਪਣੇ ਬੱਚਿਆਂ ਨੂੰ, ਉਹ ਇਸੇ ਫੀਲਡ 'ਚ ਲੈ ਕੇ ਜਾਣਾ ਚਾਹੁੰਦੇ ਆ, ਬੜੀ ਛੋਟੀ ਉਮਰ 'ਚ ਸਾਡਾ ਬੱਚਾ ਫਟਾਫਟ ਜਾਵੇ ਅਤੇ ਪੈਸੇ ਕਮਾਵੇ, ਨਾਮ ਕੁਰਤ ਕਮਾਵੇ, ਉਹਦੇ ਪਿੱਛੇ ਤੁਸੀਂ ਕੀ ਕਹੋਗੇ, ਕੀ ਕਾਰਨ ਹੋ ਸਕਦਾ? ਪਹਿਲੀ ਗੱਲ ਤਾਂ ਇਹ ਹੈ ਜੀ, ਜੋ ਮਾਂ ਪਿਓ ਜਿਹੜੇ ਆਪਣੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਇਹ ਚੰਗੀ ਸਿੱਖਿਆ ਦੇਣੀ ਜ਼ਰੂਰੀ ਹੈ, ਪਹਿਲਾਂ ਉਹਨਾਂ ਦੀ ਸਟੱਡੀ ਜ਼ਰੂਰੀ ਹੈ ਜੀ। ਸਟੱਡੀ ਤੋਂ ਬਾਅਦ 'ਚ ਜੇ ਉਹਨਾਂ ਨੂੰ ਸ਼ੌਂਕ ਆ, ਅਤੇ ਉਹਨੂੰ ਇੱਕ ਚੰਗੇ ਉਸਤਾਦ ਕੋਲੋਂ ਯਾਨੀ ਕਿ ਸਿੱਖਿਆ ਲੈਣੀ ਚਾਹੀਦੀ। ਹਾਂਜੀ, ਅਤੇ ਜਿਹਦੇ ਨਾਲ ਕਿ ਇੱਦਾਂ ਨਾ ਹੋਵੇ ਵੀ ਉਹ ਆਪਣਾ ਪੜ੍ਹਾਈ ਵੀ ਖਰਾਬ ਕਰ ਲਵੇ ਇਸ ਕੰਮ ਦੇ ਪਿੱਛੇ, ਕਿਉਂਕਿ ਇਸ ਕੰਮ ਜਿਹੜਾ ਸੰਗੀਤ ਲਾਈਨ ਹੈ 'ਚ ਸਟਰਗਲ ਬਹੁਤ ਬਹੁਤ ਜ਼ਿਆਦਾ ਹੈ, ਇਹ 'ਚ ਬਹੁਤ ਮਿਹਨਤ ਕਰਨੀ ਪੈਂਦੀ, ਇਸ ਕਰਕੇ ਚੰਗੇ ਉਸਤਾਦ ਕੋਲੋਂ ਸਿੱਖਿਆ ਜਾਵੇ, ਔਰ ਇਹ ਸੰਗੀਤ ਲਾਈਨ 'ਚ ਆਉਣਾ ਕੋਈ ਮਾੜੀ ਗੱਲ ਨਹੀਂ, ਅਤੇ ਬਹੁਤ ਵਧੀਆ ਗੱਲ ਆ, ਬਾਕੀ ਤੁਹਾਨੂੰ ਪਤਾ ਹੀ ਹੈ ਜੀ। ਕਿਉਂਕਿ ਜੇ ਬੱਚੇ ਆਉਣ ਤਾਂ ਉਹ ਇੱਕ ਚੰਗਾ ਗੁਰੂ ਅਡੋਪਟ ਕਰਨ, ਅਤੇ ਫਿਰ ਉਹ ਇਸ ਵੀਡੀਓ 'ਚ। ਹਾਂਜੀ, ਫਿਰ ਹਾਂਜੀ, ਬਿਲਕੁਲ ਠੀਕ ਹੈ ਜੀ। ਲੱਚਰ ਤਾਂ ਬਹੁਤ ਵੱਧ ਰਹੀ ਹੈ ਆਪਣੇ ਸੱਭਿਆਚਾਰ ਸੰਗੀਤ 'ਚ, ਨੰਗੇਜਪਨ ਵੀ ਬਹੁਤ ਆ ਰਿਹਾ, ਇਹਦੇ ਪਿੱਛੇ ਕੀ ਕਾਰਨ ਸਮਝ? ਇਹਦੇ ਪਿੱਛੇ ਕਾਰਨ ਅੱਗੇ ਮੈਂ ਦੱਸ ਚੁੱਕਿਆ ਤੁਹਾਨੂੰ ਜੀ, ਕਿ ਯਾਨੀ ਕਿ ਜੋ ਲੋਕ ਅੱਜ ਕੱਲ੍ਹ ਸੁਣ ਰਹੇ ਹੈ, ਜਿੱਦਾਂ ਦੀ ਡਿਮਾਂਡ ਹੋਈ ਜਾਂਦੀ ਲੋਕਾਂ ਦੀ, ਉੱਦਾਂ ਦਾ ਫਿਰ ਗਾਉਣਾ ਪੈਂਦਾ ਸਿੰਗਰਸ ਨੂੰ ਜ਼ਿਆਦਾਤਰ, ਹੁਣ ਇਸ ਕਰਕੇ ਜ਼ਿਆਦਾ ਯਾਨੀ ਕਿ ਹੋ ਰਿਹਾ। ਚਲੋ ਇਹ ਵੱਧ ਰਿਹਾ, ਮੰਨ ਲਿਆ ਬਾਈ, ਕੰਮ ਜਿਹੜਾ ਵੱਧ ਰਿਹਾ, ਪਰ ਇਹਨੂੰ ਖਤਮ ਕਰਨ ਲਈ ਆਪਾਂ ਕੀ ਕਰਨਾ ਚਾਹੀਦਾ? ਖਤਮ ਕਰਨ ਲਈ ਪਹਿਲੀ ਗੱਲ ਤਾਂ ਜਲਦੀ ਇਹ ਖਤਮ ਹੋ ਨਹੀਂ ਸਕਦਾ ਜੀ, ਇਹਦੇ ਲਈ ਬਹੁਤ ਯਾਨੀ ਕਿ ਮਿਹਨਤ ਕਰਨੀ ਪੈਣੀ ਹੈ, ਯਾਨੀ ਕਿ ਮਿਲ ਇੱਕ ਦੂਜੇ ਨੂੰ ਮਿਲ ਕੇ, ਫਿਰ ਯਾਨੀ ਕਿ ਸੌਂਗ ਉੱਦਾਂ ਦੇ ਆਪਾਂ ਨੂੰ ਕਰ ਰਹੇ, ਲਿਖਣ ਵਾਲੇ ਬੰਦੇ ਉਹ ਚੰਗੇ ਸੌਂਗ, ਜਿਹੜੇ ਲਿਖਦੇ ਆ ਮੇਨ ਜਿਹੜੇ ਰਾਈਟਰਸ ਆ, ਉਹਨਾਂ ਨੂੰ ਚੰਗਾ ਲਿਖਣਾ ਚਾਹੀਦਾ ਜੀ,
ਫਿਰ ਤਾਂ ਬਾਕੀ ਗਾਉਣ ਵਾਲੇ ਨੂੰ ਵੀ ਚੰਗਾ ਗਾਉਣਾ ਚਾਹੀਦਾ। ਹਾਂਜੀ ਮੇਰੀ ਤਾਂ ਯਾਨੀ ਕਿ ਖੁਆਇਸ਼ ਆ ਕਿ ਮੈਂ ਯਾਨੀ ਕਿ ਇੱਧਰ ਨੂੰ ਯਾਨੀ ਕਿ ਇੱਦਾਂ ਦੇ ਸੌਂਗ ਜ਼ਿਆਦਾ ਮੈਂ ਨਹੀਂ ਗਾਊਂਗਾ ਅੱਗੇ ਵਰਕੇ, ਅਤੇ ਸਾਫ਼ ਸੁਥਰੇ ਵਧੀਆ ਗਾਣੇ ਗਾਊਂਗਾ। ਸੂਫੀ ਗਾਇਕ ਕਾਫ਼ੀ ਜੁੜੇ ਹੋਏ। ਹਾਂਜੀ ਸੂਫੀ ਮੈਂ ਸ਼ੁਰੂ ਤੋਂ ਪਸੰਦ ਕਰਦਾ। ਅਤੇ ਸਭ ਤੋਂ ਪਹਿਲਾਂ ਜਿਹੜਾ ਗੀਤ ਤੁਸੀਂ ਗਾਇਆ ਸੀ ਕੋਈ ਯਾਦ ਤੁਹਾਨੂੰ ਕਿਹੜਾ ਗੀਤ ਸੀ? ਹਾਂਜੀ ਇੱਕ ਗਾਣਾ ਹੈਗਾ ਜੀ, ਉਹ ਤੁਹਾਨੂੰ ਦੋ ਹੋਰ ਸੁਣਾ। ਕਾਨੂੰ ਕੀਤੀ ਅਸਾਂ ਨਾਲ ਬਸ ਵੇ, ਕੋਈ ਦੋਸ਼ ਅਸਾਂ ਦਾ ਦੱਸ। ਕਾਨੂੰ ਕੀਤੀ ਅਸਾਂ ਨਾਲ ਬਸ ਵੇ, ਕੋਈ ਦੋਸ਼ ਅਸਾਂ ਦਾ ਦੱਸ। ਮਾਹੀ ਮੇਰੇ ਦਾ ਪਤਾ ਨਹੀਂ ਲੱਗਦਾ, ਸੀਨੇ ਫੜ ਕੇ ਭਾਂਬੜ ਅਗਦਾ। ਮਾਹੀ ਮੇਰੇ ਦਾ ਪਤਾ ਨਹੀਂ ਲੱਗਦਾ, ਸੀਨੇ ਫੜ ਕੇ ਭਾਂਬੜ ਅਗਦਾ। ਕਿੱਥੇ ਗਿਓ ਮਹੀ ਤੂੰ ਨਸ ਵੇ, ਕੋਈ ਦੋਸ਼ ਅਸਾਂ ਦਾ ਦੱਸ। ਦੱਸ ਵੇ ਕੋਈ ਦੋਸ਼ ਅਸਾਂ ਦਾ ਦੱਸ। ਅਰੇ ਤੁਹਾਡੇ ਫਿਊਚਰ ਪਲਾਨਸ ਕੀ ਨੇ, ਹੋਰ ਕੀ ਕਰਨਾ ਚਾਹੁੰਦੇ ਹੋ? ਫਿਊਚਰ ਪਲਾਨਸ ਇਹੀ ਹੈ ਜੀ, ਆ ਮੇਰਾ ਫਸਟ ਟਰੈਕ ਆ ਦੁਆਵਾਂ, ਜਲਦੀ ਹੀ ਮਾਰਕੀਟ ਦੇ ਵਿੱਚ ਆਊਗਾ। ਯਾਨੀ ਕਿ ਇਸਦਾ ਮੈਂ ਪਹਿਲਾਂ ਰਿਸਪੋਂਸ ਦੇਖੂੰਗਾ ਕਿ ਮੈਨੂੰ ਇਹ ਸੌਂਗ ਤੋਂ ਰਿਸਪੋਂਸ ਕੀ ਮਿਲਿਆ, ਜਿੱਦਾਂ ਦਾ ਸਰੋਤੇ ਪਸੰਦ ਕਰਨਗੇ, ਫਿਰ ਅੱਗੇ ਵੀ ਨੈਕਸਟ ਵੀ ਮੈਂ ਟਰੈਕ ਰੈਡੀ ਕਰੂੰਗਾ, ਅੱਛੇ ਅੱਛੇ ਗਾਣੇ ਯਾਨੀ ਕਿ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਕਿ ਉਮੀਦ ਆ ਕਿ ਸਭ ਨੂੰ ਪਸੰਦ ਵੀ ਆਉਣਗੇ। ਅੱਜ ਅਸੀਂ ਗੱਲ ਕਰ ਰਹੇ ਸੀ ਪ੍ਰੋਗਰਾਮ ਇੱਕ ਮੁਲਾਕਾਤ ਵਿੱਚ ਉੱਭਰਦੇ ਗਾਇਕ ਆਰਵ ਬਾਜਵਾ ਦੇ ਨਾਲ। ਅਗਲੀ ਵਾਰ ਇੱਕ ਨਵੀਂ ਹਸਤੀ ਨਾਲ ਫਿਰ ਮੁਲਾਕਾਤ ਕਰਾਂਗੇ ਇਸੇ ਪ੍ਰੋਗਰਾਮ ਵਿੱਚ, ਜਿਸ ਦਾ ਨਾਂ ਹੈ ਇੱਕ ਮੁਲਾਕਾਤ ਗੱਲ ਪੰਜਾਬ, ਪੰਜਾਬੀ ਦੀ ਪੰਜਾਬੀ ਦੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।